ਸਨਮਾਨਯੋਗ ਗੁਰੂ ਕੀ ਸਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬੜੀ ਅਪਾਰ ਰਹਿਮਤ ਹੋਈ ਹੈ। ਗੁਰੂ ਗਰੀਬ ਨਿਵਾਸ ਜੀ ਦਾ ਇਤਿਹਾਸ ਸਰਵਣ ਕਰਨ ਵਾਸਤੇ ਆਪ ਜੀ ਨੇ ਸਮੇਂ ਵਿੱਚੋਂ ਸਮਾਂ ਕੱਢਿਆ ਹੈ। ਧੰਨਤਾ ਦੇ ਯੋਗ ਹੋ। ਸੋ ਸਾਧ ਸੰਗਤ ਜੀ, ਸਾਡੇ ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੁੰਦੇ ਆ ਕਈ ਵਾਰ ਕਿ ਮੌਤ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ, ਕੀ ਨਰਕ ਕੀ ਸਵਰਗ, ਕੀ ਇਹ ਸੱਚਮੁੱਚ ਹੈਗੇ ਆ ਜਾਂ ਨਹੀਂ। ਇਹਦੇ ਬਾਰੇ ਬਹੁਤ ਚੀਜ਼ਾਂ ਆਉਂਦੀਆਂ ਨੇ, ਕਿਉਂਕਿ ਬਾਕੀ ਚੀਜ਼ਾਂ ਨੂੰ ਆਪਾਂ ਜਿੰਨਾ ਮਰਜ਼ੀ ਇਨਕਾਰ ਕਰ ਦਈਏ ਪਰ ਮੌਤ ਤੋਂ ਆਪਾਂ ਟਲ ਨਹੀਂ ਸਕਦੇ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ ਪਵੇ ਚਿੰਤਾ ਜਾਲ। ਜਿਵੇਂ ਮੱਛੀ ਨੂੰ ਪਤਾ ਨਹੀਂ ਹੁੰਦਾ, ਮਛੇਰਾ ਆਉਂਦਾ ਅਤੇ ਇੱਕਦਮ ਜਾਲ ਪਾ ਦਿੰਦਾ, ਇਵੇਂ ਮੌਤ ਆਊਗੀ ਸਾਰਿਆਂ ਦੇ ਨਾਲ। ਉਹ ਦਿਨ ਆਵੇਗਾ ਜਦੋਂ ਮੌਤ ਦੇ ਫਰਿਸ਼ਤੇ ਆ ਕੇ ਮੂੰਹ ਦਿਖਾਉਣਗੇ। ਤਾਂ ਇਹ ਸਭ ਦੀ ਕਹਾਣੀ ਆ, ਕਿਸੇ ਨਾਲ ਹੋ ਚੁੱਕੀ ਆ, ਕਿਸੇ ਨਾਲ ਹੋਣੀ ਆ। ਮੌਤ ਇੱਕ ਅਟਲ ਸੱਚਾਈ ਆ, ਜਿਉਣਾ ਝੂਠ ਆ। ਪਰ ਇਹ ਦੁਨੀਆ ਵਿੱਚ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਗੱਲ ਇਹ ਆ ਕਿ ਅਸੀਂ ਮਰਨਾ ਕਿਉਂ ਭੁੱਲ ਜਾਂਦੇ ਹਾਂ। ਸਾਰੀ ਦੁਨੀਆ ਮਰੀ ਜਾਂਦੀ ਆ ਪਰ ਅਸੀਂ ਜਿਉਂਦੇ ਹੀ ਰਹਾਂਗੇ, ਇਹ ਸਾਨੂੰ ਇੱਕ ਬਹੁਤ ਵੱਡਾ ਵਹਿਮ ਆ। ਜਿਸ ਬੰਦੇ ਨੂੰ ਵੀ ਮੌਤ ਯਾਦ ਆ ਨਾ, ਉਹ ਕਦੇ ਭੈੜੇ ਕੰਮ ਨਹੀਂ ਕਰਦਾ, ਹਉਮੈ ਹੰਕਾਰ ਨਹੀਂ ਕਰਦਾ। ਸਾਧ ਸੰਗਤ ਜੀ, ਤਾਂ ਉਹ ਗੁਰੂ ਪਾਤਸ਼ਾਹ ਜੀ ਦੇ ਇਤਿਹਾਸ ਵਿੱਚ ਇੱਕ ਸਾਖੀ ਆਉਂਦੀ ਆ ਜੀ, ਭਾਵਨਾ ਬਣਾ ਕੇ ਸਰਵਣ ਕਰੋਗੇ ਹੋਰ ਵੀ ਵਧੇਰੇ ਸਮਝ ਲੱਗੇਗੀ। ਕਲਗੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ। ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਇੱਕ ਰਾਜਾ ਆ ਗਿਆ ਰਿਆਸਤ ਦਾ। ਉਹਨੇ ਆ ਕੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਦੇਖਿਆ ਮਹਾਰਾਜ ਕੋਲ ਬਹੁਤ ਸਾਰੀ ਸੰਗਤ ਹੈ, ਸੰਗਤ ਦੇ ਵੀ ਉਹਨੇ ਦਰਸ਼ਨ ਕੀਤੇ। ਫਿਰ ਦਿਲ ਦੇ ਵਿੱਚ ਫੁਰਨਾ ਬਣ ਗਿਆ ਇੱਕ, ਜਿਵੇਂ ਕਿ ਆਪਣੇ ਮਨ ਦੇ ਵਿੱਚ ਵੀ ਫੁਰਨੇ ਬਹੁਤ ਜ਼ਿਆਦਾ ਬਣ ਜਾਂਦੇ ਆ। ਉਹ ਰਾਜੇ ਦੇ ਦਿਲ ਵਿੱਚ ਗੱਲ ਆਈ, ਮਨ ਦੇ ਵਿੱਚ ਫੁਰਨਾ ਫੁਰਿਆ ਕਿ ਇੱਥੇ ਮਾਈ ਭਾਈ ਵੀ ਕੁਝ ਜਵਾਨੀ ਅਵਸਥਾ ਵਿੱਚ ਆਉਂਦੇ ਨੇ, ਕੁਝ ਔਰਤਾਂ ਵੀ ਆਉਂਦੀਆਂ ਨੇ ਅਤੇ ਗੁਰੂ ਸਾਹਿਬ ਵੀ ਜਵਾਨੀ ਦੀ ਅਵਸਥਾ ਵਿੱਚ ਹੀ ਹਨ, ਇਹਨਾਂ ਦੇ ਮਨ ਦੀ ਇਕਾਗਰਤਾ ਕਿਵੇਂ ਰਹਿ ਸਕਦੀ ਆ। ਕਈ ਵਾਰੀ ਕਾਮ ਵਾਸ਼ਨਾ ਦੇ ਵਿੱਚ ਦੇਖਿਆ ਗਿਆ ਵੱਡੇ ਵੱਡੇ ਰਿਸ਼ੀ ਮੁਨੀ ਡੋਲ਼ ਜਾਂਦੇ ਆ, ਇਹ ਜਵਾਨੀ ਦੀ ਅਵਸਥਾ ਵਿੱਚ ਹਨ। ਇਹ ਫੁਰਨਾ ਉਹਦੇ ਅੰਦਰ ਆ ਗਿਆ। ਹੁਣ ਮਨ ਆ ਕਈ ਤਰ੍ਹਾਂ ਦੇ ਵਿਚਾਰ ਇਹਦੇ ਵਿੱਚ ਪੈਦਾ ਹੁੰਦੇ ਆ, ਆਉਂਦੇ ਆ, ਚਲੇ ਜਾਂਦੇ ਆ। ਅੰਤਰਜਾਮੀ ਸਤਿਗੁਰੂ ਮਹਾਰਾਜ ਨੂੰ ਸਭ ਕੁਝ ਪਤਾ ਲੱਗ ਗਿਆ ਕਿ ਉਹ ਰਾਜੇ ਦੇ ਮਨ ਵਿੱਚ ਕੀ ਹੈ। ਅੰਤਰਜਾਮੀ ਜਾਣੈ ਬਿਨ ਬੋਲ ਤਾ ਪਛਾਣੈ। ਮਹਾਰਾਜ ਜੀ ਨੇ ਕੋਲ ਬੁਲਾਇਆ ਰਾਜੇ ਨੂੰ, ਬਚਨ ਕੀਤੇ ਬੜੇ ਪਿਆਰ ਨਾਲ, ਰਾਜਨ ਤੁਸੀਂ ਦਰਬਾਰ ਵਿੱਚ ਤਾਂ ਆ ਗਏ ਹੋ ਪਰ ਤੁਹਾਨੂੰ ਸੁਣ ਕੇ ਬੜਾ ਦੁੱਖ ਹੋਵੇਗਾ ਇੱਕ ਗੱਲ ਦਾ ਕਿ ਅੱਜ ਤੋਂ ਪੂਰੇ 7 ਦਿਨਾਂ ਬਾਅਦ ਤੁਸੀਂ ਮਰ ਜਾਣਾ ਹੈ, ਤੁਹਾਡੀ ਮੌਤ ਹੋ ਜਾਣੀ ਆ। ਇਸ ਕਰਕੇ ਜੋ ਤੁਸੀਂ ਕਰਨਾ ਚਾਹੁੰਦੇ ਹੋ ਰੱਜ ਕੇ ਖਾ ਲਓ, ਪੀ ਲਓ, ਐਸ਼ ਕਰ ਲਓ, ਜਿੱਦਾਂ ਦਾ ਤੁਹਾਡਾ ਸੁਭਾਅ, ਜੋ ਕਰਨਾ ਭਾਵ ਕੀ ਕਰ ਲਵੋ, ਪਰ ਅੱਜ ਤੋਂ 7ਵੇਂ ਦਿਨ ਤੁਸੀਂ ਮਰ ਜਾਓਗੇ। ਮਹਾਰਾਜ ਦੇ ਚੋਜ ਆ ਜੀ ਇਹ। ਸਤਿਗੁਰੂ ਮਹਾਰਾਜ ਨੇ ਦੇਖਿਆ ਵੀ ਰਾਜੇ ਦਾ ਧਿਆਨ ਖਾਣ ਪੀਣ ਵਿੱਚ ਆ, ਇਸ ਕਰਕੇ ਉਹਨੂੰ ਉੱਦਾਂ ਦੀ ਗੱਲ ਮਹਾਰਾਜ ਨੇ ਕਹਿ ਦਿੱਤੀ। ਜਦੋਂ ਰਾਜੇ ਨੂੰ ਪਤਾ ਲੱਗ ਗਿਆ ਵੀ ਮੈਂ ਸੁਣਿਆ ਹੈ ਕਲਗੀਧਰ ਜੀ ਜੋ ਕਹਿ ਦਿੰਦੇ ਆ ਉਹ ਪੱਥਰ 'ਤੇ ਲੀਕ ਆ, ਫਿਰ ਉਸਨੂੰ ਲੱਗਾ ਕਿ ਮਹਾਰਾਜ ਨੇ ਜੋ ਕਹਿ ਦਿੱਤਾ 7ਵੇਂ ਦਿਨ ਮੇਰੀ ਮੌਤ ਹੋ ਜਾਣੀ ਆ।
ਦੇਖੋ ਉਹਨੂੰ ਡਰ ਪੈਦਾ ਹੋ ਗਿਆ, ਕਿਉਂਕਿ ਡਰ ਕਿਹਨੂੰ ਹੋਊਗਾ ਜਿਹਨੇ ਕੋਈ ਨਾਮ ਭਜਨ ਬੰਦਗੀ ਨਹੀਂ ਕੀਤੀ। ਉਹਨੂੰ ਤਾਂ ਡਰ ਲੱਗਣਾ ਹੀ ਲੱਗਣਾ ਮੌਤ ਤੋਂ। ਹੁਣ ਜਿਹਨੇ ਸਾਰੀ ਉਮਰ ਸਿਮਰਨ ਕੀਤਾ ਹੋਵੇ, ਸ਼ੁਭ ਕਰਮ ਕੀਤੇ ਹੋਣਗੇ, ਉਹ ਤਾਂ ਕਹੂਗਾ ਮੈਂ ਭਾਵੇਂ ਹੁਣੇ ਮਰ ਜਾਵਾਂ, ਉਹਨੂੰ ਕਾਹਦਾ ਡਰ। ਅੱਗੇ ਭਾਵੇਂ ਨਰਕ ਆ, ਕੋਈ ਵੀ ਚੀਜ਼ ਆ, ਜਦੋਂ ਉਹਨੇ ਕੀਤੀ ਹੋਈ ਭਜਨ ਬੰਦਗੀ ਆ, ਉਹਨੂੰ ਡਰ ਨਹੀਂ ਹੁੰਦਾ ਮੌਤ ਦਾ। ਇਸ ਕਰਕੇ ਤਾਂ ਗੁਰੂ ਸਾਹਿਬ ਜੀ ਦੀ ਬਾਣੀ ਭਗਤ ਸਾਹਿਬਾਨ ਦੱਸਦੇ ਆ ਵੀ ਜਿਹੜੀ ਮੌਤ ਤੋਂ ਦੁਨੀਆ ਦੇ ਲੋਕ ਡਰਦੇ ਆ, ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ, ਵੀ ਮੈਨੂੰ ਤਾਂ ਮੌਤ ਦਾ ਚਾਹ ਹੈ। ਲੋਕ ਜਿਹੜੇ ਆ ਇਹਤੋਂ ਡਰਦੇ ਆ, ਲੋਕ ਮਰਦੇ ਮਰਦੇ ਮਰ ਰਹੇ ਆ, ਪਰ ਲੋਕਾਂ ਨੂੰ ਚੱਜ ਨਾਲ ਮਰਨਾ ਨਹੀਂ ਆਉਂਦਾ। ਇਹ ਵੀ ਬਾਣੀ ਵਿੱਚ ਲਿਖਿਆ ਹੋਇਆ, ਮਰਤਾ ਮਰਤਾ ਜਗ ਮੂਆ, ਮਰ ਭੀ ਨਾ ਜਾਣਿਆ ਕੋਏ, ਐਸੇ ਮਰਨੇ ਜੋ ਮਰੇ ਬਹੁਰ ਨਾ ਮਰਨਾ ਹੋਏ। ਤਾਂ ਭਗਤ ਜੀ ਵਾਰ ਵਾਰ ਕਹਿ ਰਹੇ ਆ, ਹੋਰ ਵੀ ਬਾਣੀ ਵਿੱਚ ਬੜੇ ਪ੍ਰਮਾਣ ਨੇ। ਰਾਜਾ ਰਹੋ ਵਿਚਾਰ ਫਿਰ ਬਹੁਤ ਉਦਾਸ ਹੋ ਗਿਆ, ਫਿਕਰਾਂ 'ਚ ਪੈ ਗਿਆ, ਵਾਪਸ ਮਹਿਲਾਂ 'ਚ ਆ ਗਿਆ, ਕਿਸੇ ਨਾਲ ਹੁਣ ਕੋਈ ਗੱਲ ਨਹੀਂ ਸੀ ਕਰਦਾ ਹੁੰਦਾ। ਅਤੇ ਇਸ ਤਰ੍ਹਾਂ ਰਾਣੀਆਂ ਤੋਂ ਪੁੱਛਦੀਆਂ ਸੀ ਵੀ ਕੀ ਗੱਲ ਹੋ ਗਈ ਆ, ਪਰ ਦੱਸਦਾ ਨਹੀਂ ਸੀ। ਅੰਨ ਪਾਣੀ ਵੀ ਬਹੁਤ ਥੋੜ੍ਹਾ ਵਰਤਣ ਲੱਗ ਪਿਆ, ਨੀਂਦ ਵੀ ਘੱਟ ਆਉਣ ਲੱਗ ਪਈ। ਅਖੀਰ ਜਦੋਂ ਸਾਰੇ ਦਿਨ ਬੀਤ ਗਿਆ, ਸੱਤੇ ਦੇ ਸੱਤੇ ਅਰਦਾਸ ਕੀਤੀ, ਸੱਚੇ ਪਾਤਸ਼ਾਹ ਅਖੀਰਲੇ ਮੌਕੇ ਆ ਕੇ ਮੈਨੂੰ ਦਰਸ਼ਨ ਦਿਓ ਅਤੇ ਮੇਰੀ ਕਲਿਆਣ ਕਰ ਦਿਓ। ਫਿਰ ਸਤਿਗੁਰੂ ਮਹਾਰਾਜ ਨੇ ਇਹਦੀ ਜਿਹੜੀ ਬੇਨਤੀ ਸੀ ਉਹ ਮੰਨੀ ਆ, ਇਹਨੂੰ ਦੀਵਾਨ ਵਿੱਚ ਆਉਣ ਵਾਸਤੇ ਕਿਹਾ। ਹੁਣ ਰਾਜਾ ਇਹਨੂੰ ਕੋਈ ਚੀਜ਼ ਯਾਦ ਨਹੀਂ ਹੈਗੀ, ਜੋ ਪਹਿਲਾਂ ਵਾਸ਼ਨਾਵਾਂ ਇਹਦੇ ਅੰਦਰ ਸੀਗੀਆਂ ਸਭ ਕੁਝ ਖਤਮ ਹੋ ਗਿਆ, ਕਿਉਂਕਿ ਮੌਤ ਯਾਦ ਰਹਿਣ ਲੱਗ ਗਈ। ਰਾਜਾ ਕਮਜ਼ੋਰ ਜਿਹਾ ਹੋ ਗਿਆ ਸੀ, ਪਾਲਕੀ ਵਿੱਚ ਬੈਠ ਕੇ ਦੀਵਾਨ ਵਿੱਚ ਪਹੁੰਚ ਗਿਆ। ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਮਹਾਰਾਜ ਜੀ ਦੇ ਦੀਵਾਨ ਵਿੱਚ ਸਭ ਜਵਾਨ ਮਾਈ ਭਾਈ ਬੈਠੇ ਹੋਏ ਸੀ। ਗੁਰੂ ਮਹਾਰਾਜ ਆਪ ਸੁਭਾਏ ਮਾਨ ਸਨ। ਮਹਾਰਾਜ ਨੇ ਰਾਜੇ ਨੂੰ ਬਚਨ ਕੀਤੇ, ਸੁਣਾਓ ਜੀ ਰਾਜਨ, ਇਹਨਾਂ ਸੱਤਾਂ ਦਿਨਾਂ ਵਿੱਚ ਰੱਜ ਕੇ ਖਾ ਪੀ ਲਿਆ, ਐਸ਼ ਕਰ ਲਈ ਹੈ ਤੁਸੀਂ ਜੋ ਕਰਨੀ ਚਾਹੁੰਦੇ ਸੀਗੇ। ਰਾਜੇ ਨੇ ਹੱਥ ਜੋੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ, ਇਹਨਾਂ ਸੱਤਾਂ ਦਿਨਾਂ ਵਿੱਚ ਤਾਂ ਮੌਤ ਹੀ ਸਾਹਮਣੇ ਦਿਸਦੀ ਰਹੀ ਆ, ਖਾਣਾ ਪੀਣਾ ਅਤੇ ਐਸ਼ ਤਾਂ ਮੈਂ ਕੀ ਕਰਨੀ ਸੀ, ਮੈਨੂੰ ਅੱਠੇ ਪਹਿਰ ਮੌਤ ਨਜ਼ਰ ਆਉਂਦੀ ਸੀ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਰਾਜਨ ਤੈਨੂੰ ਹਲੇ ਮੌਤ ਸੱਤ ਦਿਨਾਂ ਬਾਅਦ ਦਿਸਦੀ ਸੀ, ਤਾਂ ਖਾਣਾ ਪੀਣਾ ਅਤੇ ਐਸ਼ ਆਰਾਮ ਛੱਡ ਦਿੱਤੇ, ਸਾਨੂੰ ਤਾਂ ਪਲ ਪਲ ਮੌਤ ਸਿਰ 'ਤੇ ਖੜ੍ਹੀ ਦਿਸਦੀ ਹੈ। ਮਹਾਰਾਜ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਸੀਗੇ, ਰਾਜੇ ਨੂੰ ਸੋਝੀ ਪੈ ਗਈ। ਫੁਰਨੇ ਦਾ ਉਹਦਾ ਉੱਤਰ ਮਹਾਰਾਜ ਨੇ ਦੇਖੋ ਕਿਸ ਤਰੀਕੇ ਨਾਲ ਦਿੱਤਾ, ਬਹੁਤ ਸੋਹਣੇ ਢੰਗ ਨਾਲ ਦਿੱਤਾ। ਕਹਿੰਦਾ ਸੀ ਮਹਾਰਾਜ ਜਵਾਨ ਆ ਅਤੇ ਦੀਵਾਨ ਦੇ ਵਿੱਚ ਕੁਝ ਨੌਜਵਾਨ ਲੜਕੀਆਂ ਆਉਂਦੀਆਂ, ਮਾਈ ਭਾਈ ਜਵਾਨ ਆਉਂਦੇ ਆ, ਵੀ ਜਵਾਨੀ ਦੀ ਅਵਸਥਾ ਵਿੱਚ ਕੋਈ ਗੁਰੂ ਬਣ ਜਾਵੇ ਇਹ ਹੋ ਨਹੀਂ ਸਕਦਾ। ਹੁਣ ਚਰਣਾ 'ਤੇ ਡਿੱਗ ਪਿਆ, ਮਹਾਰਾਜ ਤੋਂ ਆਪਣੀ ਭੁੱਲ ਬਖਸ਼ਾਈ ਆ। ਇੱਥੇ ਸਾਧ ਸੰਗਤ ਜੀ ਸੋਚਣ ਦੀ ਲੋੜ ਆ ਵੀ ਗੁਰੂ ਦੀ ਜਿਹੜੀ ਪਹੁੰਚ ਹੁੰਦੀ ਆ ਉਹ ਸਾਡੇ ਕੱਪੜਿਆਂ ਤੱਕ ਹੀ ਨਹੀਂ ਹੁੰਦੀ, ਉਹ ਸਾਡੇ ਮਨਾਂ ਤੱਕ ਹੁੰਦੀ ਆ। ਵੀ ਅਸੀਂ ਸਾਧ ਸੰਗਤ ਵਿੱਚ ਚੱਲ ਕੇ ਜਾਂਦੇ ਹਾਂ, ਕੀ ਅਸੀਂ ਸੋਚਦੇ ਹਾਂ। ਕਈ ਵਾਰੀ ਅਸੀਂ ਗੁਰੂ ਘਰ ਵਿੱਚ ਕਿਸੇ ਵੱਲ ਵੇਖ ਕੇ ਗਲਤ ਫੁਰਨਾ ਬਣ ਜਾਂਦਾ, ਤਾਂ ਮਹਾਰਾਜ ਘੱਟ ਘੱਟ ਕੇ ਅੰਤਰ ਕੀ ਜਾਣਤ ਨੇ, ਉਹ ਤਾਂ ਤੁਸੀਂ ਚੇਤੇ ਰੱਖਣਾ। ਤਾਂ ਇਹ ਮੌਤ ਤੋਂ ਬਾਅਦ ਬੰਦਾ ਕਿੱਥੇ ਜਾਂਦਾ ਹੈ, ਇਹੋ ਜਿਹੇ ਸਵਾਲ ਸਾਡੇ ਅੰਦਰ ਹਨ ਜੀ। ਸਾਧ ਸੰਗਤ ਜੀ, ਗੁਰਬਾਣੀ ਵਿੱਚੋਂ ਹਰ ਤਰ੍ਹਾਂ ਦਾ ਉੱਤਰ ਸਾਨੂੰ ਮਿਲ ਸਕਦਾ, ਲੋੜ ਆ ਉਹਨੂੰ ਖੋਜਣ ਦੀ, ਵਿਚਾਰਨ ਦੀ।
ਇੱਕ ਵਾਰੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਪੁੱਛਿਆ, ਮਰਦਾਨਿਆਂ ਤੇਰੇ ਮੌਤ ਕਿੰਨੀ ਕੁ ਯਾਦ ਆ? ਤਾਂ ਉਹਨਾਂ ਨੇ ਉੱਤਰ ਦਿੱਤਾ, ਭਾਈ ਸਾਹਿਬ ਜੀ ਨੇ, ਸੱਚੇ ਪਾਤਸ਼ਾਹ ਜੀ, ਦਿਲ ਦੇ ਵਿੱਚ ਫੁਰਨਾ ਜਿਹਾ ਰਹਿੰਦਾ ਵਾ, ਪਤਾ ਨਹੀਂ ਕੱਲ੍ਹ ਆਵੇਗਾ ਕਿ ਨਹੀਂ, ਕੱਲ੍ਹ ਦਾ ਸੂਰਜ ਦੇਖਣਾ ਕਿ ਨਹੀਂ। ਸੱਚੇ ਪਾਤਸ਼ਾਹ ਜੀ ਨੇ ਫਿਰ ਭਾਈ ਬਾਲਾ ਜੀ ਨੂੰ ਪੁੱਛਿਆ, ਉਹਨਾਂ ਨੇ ਉੱਤਰ ਦਿੱਤਾ, ਸੱਚੇ ਪਾਤਸ਼ਾਹ ਜੀ, ਇੱਕ ਕਦਮ ਮੈਂ ਪੁੱਟ ਲਿਆ, ਪਤਾ ਨਹੀਂ ਦੂਜਾ ਪੁੱਟਣਾ ਕਿ ਨਹੀਂ। ਭਾਈ ਮਰਦਾਨਾ ਜੀ ਨੇ ਇਹੋ ਬੇਨਤੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕੀਤੀ। ਫਿਰ ਤਾਂ ਸਾਹਿਬਾਂ ਨੇ ਫਰਮਾਇਆ, ਮਰਦਾਨਿਆਂ ਜਦੋਂ ਸਾਹ ਲੈਂਦੇ ਹਾਂ ਤਾਂ ਸਵਾ ਗਿੱਠ ਸਾਹ ਅੱਗੇ ਨੂੰ ਜਾਂਦਾ। ਹੁਣ ਮੈਂ ਇਹ ਕਹਿੰਦਾ, ਪਤਾ ਨਹੀਂ ਦੂਜਾ ਸਾਹ ਆਵੇਗਾ ਕਿ ਨਹੀਂ। ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮੱਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਤਾਂ ਮਹਾਰਾਜ ਕਹਿੰਦੇ, ਇੱਕ ਸਾਹ ਆਇਆ, ਦੂਜਾ ਆਉਣਾ ਕਿ ਨਹੀਂ, ਇੰਨਾ ਨਜ਼ਦੀਕ ਆ ਮੌਤ। ਤਾਂ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਤੁਸੀਂ ਮੌਤ ਨੂੰ ਹਜੇ ਦੂਰ ਸਮਝਿਆ, ਹਜੇ ਵੀ ਕਹਿੰਦੇ ਹੋ ਇੱਕ ਕਦਮ ਪੁੱਟਣਾ ਤਾਂ ਦੂਰ ਦੀ ਗੱਲ ਆ, ਇਹ ਤਾਂ ਇੱਕ ਸਾਹ ਦੀ ਗੱਲ ਆ। ਸਾਹ ਨਾ ਆਇਆ ਤਾਂ ਆਦਮੀ ਆਦਮੀ ਨਹੀਂ, ਆਪਾਂ ਕਹਿੰਦੇ ਮੁਰਦਾ ਹੋ ਗਿਆ। ਇਸ ਕਰਕੇ ਅਸਲੀ ਕੰਮ ਕਿਹੜਾ ਅਸੀਂ ਕਰਨ ਆਏ ਹਾਂ ਇੱਥੇ ਧਰਤੀ 'ਤੇ, ਉਹਨੂੰ ਵਿਚਾਰਨ ਦੀ ਲੋੜ ਆ ਜੀ। ਇਹ ਮੌਤ ਦੇ ਪ੍ਰਥਾਏ ਤਾਂ ਕੁਝ ਮਹਾਂਪੁਰਖਾਂ ਦੇ ਵੀ ਬੜੇ ਸੁੰਦਰ ਬਚਨ ਨੇ ਜੇ ਆਪਾਂ ਮੰਨੀਏ। ਉਹ ਕਹਿ ਦਿੰਦੇ ਨੇ ਕਿ ਦੇਖੋ ਜੀ, ਜਿਹੜਾ ਕੋਈ ਆਦਮੀ 100 ਵਾਰ ਕਿਸੇ ਅਰਥੀ ਦੇ ਨਾਲ ਨਾਲ ਚੱਲਿਆ ਜਾਵੇ ਤਾਂ ਉਹ ਸਿੱਧਾ ਸੁਰਗਾਂ ਨੂੰ ਜਾਂਦਾ ਵਾ, ਭਾਵੇਂ ਉਹਨੇ ਕੋਈ ਜਪ ਤਪ ਨਾ ਹੀ ਭਲਾ ਕੀਤਾ ਹੋਵੇ। ਕਿਉਂਕਿ ਅਰਥੀ ਇਹੋ ਜਿਹੀ ਚੀਜ਼ ਆ ਦੇਖੋ ਜੀ, ਭਾਵੇਂ ਕੋਈ ਕਿਤਨਾ ਵੀ ਕਠੋਰ ਚਿੱਤ ਹੋਵੇ, ਉਹਦਾ ਉਸ ਵੇਲੇ ਜਿਹੜਾ ਨਾ ਮਨ ਨਰਮ ਹੋ ਜਾਂਦਾ, ਮੌਤ ਯਾਦ ਆ ਜਾਂਦੀ ਆ। ਸੋ ਗੁਰੂ ਸਾਹਿਬ ਜੀ ਮਹਾਰਾਜ, ਸੱਚੇ ਪਾਤਸ਼ਾਹ, ਭਗਤ ਸਾਹਿਬਾਨ ਸਾਨੂੰ ਆਪਣੀ ਬਾਣੀ ਦੁਆਰਾ ਪ੍ਰੇਰਨਾ ਦਿੰਦੇ ਆ। ਉਹ ਤਾਂ ਪ੍ਰੇਰਨਾ ਦਿੰਦੇ ਹੁੰਦੇ, ਆਪਾਂ ਅਸਲੀ ਕੰਮ ਜਿਹੜਾ ਕਰਨਾ ਹੈ ਇੱਥੇ ਮੌਤ ਹੋਣ ਤੋਂ ਪਹਿਲਾਂ ਉਹ ਕਰ ਲਈਏ। ਪਰ ਕੁਝ ਲੋਕ ਆ ਉਹ ਕਹਿੰਦੇ, ਬਾਬਰ ਬੈਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ, ਕਹਿੰਦੇ ਰੱਜ ਕੇ ਐਸ਼ ਕਰ ਲਓ, ਖਾ ਲਓ, ਪੀ ਲਓ, ਇਹ ਦੁਨੀਆਂ ਵਿੱਚ ਮੁੜ ਨਹੀਂ ਆਉਣਾ। ਹੁਣ ਜਿਨ੍ਹਾਂ ਦੀ ਇਹ ਪਸ਼ੂ ਵਿਰਤੀ ਆ ਉਹ ਇਹ ਚੀਜ਼ਾਂ ਕਰਦੇ ਆ, ਪਰ ਜਿਨ੍ਹਾਂ 'ਤੇ ਕਿਰਪਾ ਗੁਰੂ ਦੀ ਉਹ ਕੀ ਕਹਿੰਦੇ ਆ, ਬਾਬਰ ਬਾ ਹੋਸ਼ ਬਾਸ਼ ਕਿ ਆਲਮ ਦੁਬਾਰਾ ਨੇਸਤ, ਇਹ ਬੰਦਿਆ ਹੋਸ਼ ਕਰ ਲਾ, ਇਹ ਦੁਨੀਆਂ ਵਿੱਚ ਮੁੜ ਕੇ ਨਹੀਂ ਆਉਣਾ। ਪਰ ਜਿਹੜਾ ਇਹ ਹੋਸ਼ ਕਰ ਲੈਂਦਾ ਵਾ, ਅਸਲੀ ਐਸ਼ ਉਹਨੂੰ ਹੀ ਮਿਲਦੀ ਆ। ਹੁਣ ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਰਤ ਕੋ ਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਮਹਾਰਾਜ ਜੀ ਨੇ ਦੇਖੋ ਉਹ ਰਾਜੇ ਨੂੰ ਸਮਝਾਇਆ, ਕਿੰਨੀ ਮਹਾਰਾਜ ਨੇ ਇਹਨੂੰ ਪ੍ਰੇਰਨਾ ਦਿੱਤੀ ਆ ਕਿ ਭਾਈ ਤੂੰ ਮਰ ਜਾਣਾ ਅਤੇ ਉਹਦੀ ਜ਼ਿੰਦਗੀ ਬਦਲਗੀ ਨਾ। ਇਸ ਕਰਕੇ ਆਪਾਂ ਜਿਹੜੀ ਜ਼ਿੰਦਗੀ ਜਿਉਂਦੇ ਹਾਂ ਉਹ ਸਿਰਫ ਪਦਾਰਥਾਂ ਵਾਲੀ ਜ਼ਿੰਦਗੀ ਆ। 84 ਲੱਖ ਜੂਨ ਵਿੱਚੋਂ ਘੁੰਮਦਾ ਘੁੰਮਦਾ ਅਖੀਰ ਬੰਦਾ ਆ ਜੂਨ ਦੇ ਵਿੱਚ ਆਇਆ ਵਾ, ਮਸਾਂ ਕਿਸਮਤ ਨਾਲ ਆ ਸੁਨਹਿਰੀ ਮੌਕਾ ਮਿਲਿਆ ਵਾ। ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ, ਸਰ ਪਰੇ ਉੱਠੀ ਚੱਲਣਾ ਛੱਡ 84 ਲੱਖ ਕਰੋੜ। ਤਾਂ ਪੰਜਵੇਂ ਪਾਤਸ਼ਾਹ ਜੀ ਦਾ ਬਚਨ ਆ, 84 ਭ੍ਰਮਤਿਆਂ ਦੁਰਲੱਭ ਜਨਮ ਪਾਏ ਓਏ, ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜਾ ਆਏ ਓਏ। ਇਹ ਨਾਮ ਜਪਣ ਦਾ ਵੇਲਾ ਹੈ ਜੀ, ਜਪ ਲਾ ਬੰਦਿਆ, ਅਤੇ ਮਸਾਂ ਤੈਨੂੰ ਇਹ ਦੇਹ ਮਿਲੀ ਆ, ਕਰਮਾਂ ਨਾਲ ਮਿਲਦੀ ਆ। ਗੁਰੂ ਸਾਹਿਬ ਸਾਡੇ ਵਾਸਤੇ ਸਾਰੇ ਰਸਤੇ ਦੱਸ ਕੇ ਗਏ ਆ, ਹੁਣ ਅਮਲ ਕਰਨਾ ਜਾਂ ਨਾ ਕਰਨਾ ਸਾਡਾ ਕੰਮ ਆ। ਦੇਖੋ ਜੀ, ਮਾਸਟਰ ਨੇ ਤਾਂ ਲੈਕਚਰ ਦੇਣਾ ਹੁੰਦਾ, ਜਿਹੜੇ ਬੱਚੇ ਨੇ ਅਮਲ ਕਰ ਲਿਆ ਉਹ ਪਾਸ ਹੋ ਜਾਂਦਾ, ਜਿਹਨੇ ਕੇਵਲ ਤੁੱਕ ਹੀ ਪੜ੍ਹ ਦੇਣੀ ਆ ਪਰ ਅਮਲ ਨਹੀਂ ਕਰਨਾ ਉਹ ਫੇਲ ਹੋ ਜਾਂਦਾ।
ਤਾਂ ਹੁਣ ਗੱਲ ਅਗਲੀ ਆਪਾਂ ਜਿਹੜੀ ਕਰਨੀ ਆ ਵੀ ਮੌਤ ਤੋਂ ਬਾਅਦ ਬੰਦਾ ਜਾਂਦਾ ਕਿੱਥੇ ਆ। ਧਰਮ ਰਾਏ ਜਬ ਲੇਖਾ ਮੰਗੈ ਕਿਆ ਮੁਖ ਲੈ ਕੇ ਜਾਹੇਗਾ। ਭਗਤ ਜੀ ਕਹਿੰਦੇ ਆ ਕਹਿਤ ਕਬੀਰ ਸੁਣੋ ਰੇ ਸੰਤੋ ਸਾਧ ਸੰਗਤ ਤਰ ਜਾਹੇਗਾ। ਜਿਹੜੇ ਇਨਸਾਨ ਹੋ ਕੇ ਸਾਧੂਆਂ ਦੀ ਸੰਗਤ ਨਹੀਂ ਕਰਦੇ, ਗੁਰੂ ਦੀ ਸੰਗਤ ਨਹੀਂ ਕਰਦੇ, ਉਹਨਾਂ ਬਾਰੇ ਗੁਰਬਾਣੀ ਕੀ ਕਹਿੰਦੀ ਆ ਵੀ ਜਦੋਂ ਲੇਖਾ ਦੇਣਾ ਪਊਗਾ ਦਰਗਾਹ ਦੇ ਵਿੱਚ ਉਸ ਵਕਤ ਕਿਹੜਾ ਮੂੰਹ ਲੈ ਕੇ ਜਾਊਗਾ। ਤਾਂ ਜਦੋਂ ਸੰਤਾਂ ਦੀ ਸੰਗਤ ਕਰਦੇ ਹਾਂ, ਜਮਦੂਤਾਂ ਦਾ, ਧਰਮ ਰਾਜਾਂ ਦਾ, ਇਹ ਧਰਮ ਰਾਜ ਆ ਜਿਹੜਾ ਉਹਦਾ ਡਰ ਕੱਟਿਆ ਜਾਂਦਾ ਭਾਈ। ਇਸ ਕਰਕੇ ਦੇਖੋ ਜੀ, ਜਦੋਂ ਕਿਸੇ ਚੋਰ ਨੂੰ ਥਾਣੇ ਵਿੱਚ ਲੈ ਕੇ ਜਾਂਦੇ ਆ ਉਹਦੇ ਹੱਥ ਕੜੀ ਲੱਗੀ ਹੁੰਦੀ ਆ, ਹਵਾਲਾਤ ਵਿੱਚ ਉਹਨੂੰ ਬੰਦ ਕੀਤਾ ਜਾਂਦਾ, ਥਾਣੇਦਾਰ ਸਿਪਾਹੀਆਂ ਨੂੰ ਹੁਕਮ ਦਿੰਦਾ ਇਹ ਚੋਰ ਦਾ ਚੰਗਾ ਕਟਾਪਾ ਕਰੋ, ਉਹੀ ਥਾਣਾ। ਉੱਥੇ ਜੇ ਕਿਸੇ ਅਫਸਰ ਜਾਂ ਵਜ਼ੀਰ ਨੇ ਦੌਰੇ 'ਤੇ ਜਾਣਾ ਹੋਵੇ ਹਰ ਪਾਸੇ ਸਜਾਵਟ ਕੀਤੀ ਜਾਂਦੀ ਆ। ਜਦੋਂ ਅਫਸਰ ਆਉਂਦਾ ਵਾ ਜਾਂ ਵਜ਼ੀਰ ਆਉਂਦਾ ਥਾਣੇਦਾਰ, ਅਤੇ ਉਹਨੂੰ ਸਲੂਟ ਮਾਰਦਾ, ਇਸ ਕਰਕੇ ਇੱਜ਼ਤ ਦੇ ਨਾਲ ਆਪਦੀ ਕੁਰਸੀ ਪੇਸ਼ ਕਰਦਾ, ਉਹਦੇ ਖਾਣ ਪੀਣ ਦਾ ਬੰਦੋਬਸਤ ਕੀਤਾ ਜਾਂਦਾ। ਥਾਣਾ ਉਹੀ ਆ ਪਰ ਸਲੂਕ ਦੋਨਾਂ ਨਾਲ ਵੱਖੋ ਵੱਖਰਾ। ਕਿਉਂ? ਇਹ ਝੂਠਾ ਨਕਸ਼ਾ, ਇਹ ਦਰਗਾਹ ਦਾ ਸੱਚਾ ਨਕਸ਼ਾ ਮਹਾਰਾਜ ਨੇ ਆਪ ਦੱਸਿਆ ਹੈ। ਤਾਂ ਸੰਤ ਨੂੰ ਮੋਕੋ ਪੂੰਜੀ ਸੌਪੀ ਤਾਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਬ ਕਹਾਂ ਕਰੇ ਗੋ ਜੋ ਫਾਟਿਓ ਸਗਲੋ ਲੇਖਾ। ਸਾਧ ਸੰਗਤ ਜੀ, ਨਿਰੰਕਾਰ ਨੇ ਆਪਾਂ ਨੂੰ ਸਮਝਾਉਣ ਵਾਸਤੇ ਹਰ ਚੀਜ਼ ਦੇ ਪਹਿਲੂ ਪੇਸ਼ ਕੀਤੇ ਆ, ਜਿਵੇਂ ਦਿਨ ਅਤੇ ਉਹਦੇ ਨਾਲ ਰਾਤ ਆ, ਸੱਚ ਆ ਅਤੇ ਝੂਠ ਆ, ਪੌਨਾ ਅਤੇ ਪਾਪ ਆ, ਸੰਤ ਆ ਅਤੇ ਨਿੰਦਕ ਆ, ਗੁਰਮੁਖ ਆ ਅਤੇ ਮਨਮੁੱਖ ਆ, ਪੁੰਨਿਆ ਅਤੇ ਮੱਸਿਆ ਵਾ, ਇਸ ਤਰ੍ਹਾਂ। ਪਰ ਅਸੀਂ ਆਪਣੀ ਜਿਹੜੀ ਉਮਰ ਆ ਝੂਠੇ ਐਸ਼ ਆਰਾਮ ਦੇ ਵਿੱਚ ਹੀ ਬਿਤਾ ਰਹੇ ਹਾਂ, ਕੋਈ ਪੁੰਨ ਦਾਨ ਨਹੀਂ ਕਰਦੇ, ਸੇਵਾ ਨਹੀਂ ਕਰਦੇ, ਦੂਜਿਆਂ ਨੂੰ ਉਪਦੇਸ਼ ਕਈ ਵਾਰੀ ਦੇਈ ਜਾਂਦੇ, ਤੂੰ ਬਦਲ, ਆਪਣਾ ਆਪ ਨਹੀਂ ਬਦਲਦੇ। ਇਸ ਕਰਕੇ ਫਿਰ ਇਹੋ ਜਿਹੜੇ ਲੋਕ ਆ ਉਹਨਾਂ ਨੂੰ ਜਦੋਂ ਜਮਦੂਤ ਫੜ ਕੇ ਲੈ ਜਾਂਦੇ ਆ ਨਾ, ਅੱਗੇ ਹਵਾਲਾਤ, ਉਹ ਕਿਹੜੀ ਹਵਾਲਾਤ ਆ, ਕੁੰਭੀ ਨਰਕ ਆ, ਉਹਦੇ ਵਿੱਚ ਸੁੱਟਿਆ ਜਾਂਦਾ, ਅਤੇ ਫਿਰ ਬਾਹੋ ਦਾਹੀ ਉਹਨਾਂ ਦਾ ਕਟਾਪਾ ਵੀ ਹੁੰਦਾ। ਮਹਾਰਾਜ ਦੀ ਬਾਣੀ ਵਿੱਚ ਬਚਨ 155 ਅੰਗ 'ਤੇ ਜਮ ਡੰਡ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਣਾ। ਜਿਹੜੇ ਝੂਠੇ ਐਸ਼ ਆਰਾਮ ਅਤੇ ਲੱਤ ਮਾਰ ਕੇ ਸੱਚੇ ਨਸ਼ੇ ਵਿੱਚ ਗਲਤਾਨ ਹੋ ਜਾਂਦੇ ਆ ਨਾ, ਅਤੇ ਪੁੰਨ ਦਾਨ ਕਰਦੇ ਆ, ਸੇਵਾ ਕਰਦੇ ਆ, ਪੂਰਨ ਮਹਾਂਪੁਰਖਾਂ ਦੀ ਸੰਗਤ ਕਰਦੇ ਆ, ਉਹਨਾਂ ਨੂੰ ਤਾਂ ਇਹ ਚੀਜ਼ਾਂ ਜਿਹੜੀਆਂ ਕੁਝ ਨਹੀਂ ਕਹਿੰਦੀਆਂ। ਪਰ ਇਸ ਤੋਂ ਉਲਟ ਜੋ ਇਹਨਾਂ ਚੀਜ਼ਾਂ ਵਿੱਚ ਗਲਤਾਨ ਹੋ ਜਾਂਦੇ ਆ ਉਹਨਾਂ ਦਾ ਬੁਰਾ ਹਾਲ ਹੋ ਜਾਂਦਾ ਹੈ। ਇੱਥੇ ਤਾਂ ਹੋਣਾ ਹੀ ਆ, ਦਰਗਾਹ ਵਿੱਚ ਵੀ ਜਿਹੜੇ ਚੰਗੇ ਹੁੰਦੇ ਆ ਉਹਨਾਂ ਨੂੰ ਪਾਲਕੀ ਵਿੱਚ ਲੈ ਕੇ ਜਾਂਦੇ ਆ ਜੀ, ਉਹਨਾਂ ਨੂੰ ਜੀਆਂ ਕਿਹਾ ਜਾਂਦਾ ਹੈ, ਹੱਥ ਬੰਨ੍ਹ ਕੇ ਧਰਮ ਰਾਜ ਆਪ ਖੜ੍ਹਾ ਹੋ ਜਾਂਦਾ, ਧਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ। ਕਈ ਵਾਰੀ ਅਸੀਂ ਕਹਿੰਦੇ ਅਸੀਂ ਫਲਾਣੇ ਗ੍ਰੰਥ 'ਤੇ ਯਕੀਨ ਨਹੀਂ ਕਰਦੇ, ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹੀ ਪੰਗਤੀਆਂ ਹਨ ਜੀ, ਜਮਕਾਲ ਮਿਲੈ ਦੇ ਭੇਂਟ ਸੇਵਕ ਨਿਤ ਹੋਈ, ਧਰਮ ਰਾਏ ਜਮ ਨੇੜ ਨਾ ਆਵੇ ਮੇਰੇ ਠਾਕੁਰ ਕੇ ਜਨ ਪਿਆਰੇ। ਇਸ ਤਰ੍ਹਾਂ ਜਿਵੇਂ ਕੋਈ ਸਿਪਾਹੀ ਬਹਾਦਰੀ ਦਾ ਕੰਮ ਕਰਦਾ ਨਾ, ਉਹਨੂੰ ਸਰਟੀਫਿਕੇਟ ਦਿੱਤਾ ਜਾਂਦਾ, ਉਹਦੀ ਤਰੱਕੀ ਹੋ ਜਾਂਦੀ ਆ। ਜੇ ਅਫਸਰ ਕੋਈ ਭੈੜਾ ਕੰਮ ਕਰਦਾ ਉਹਦੀ ਪਦਵੀ ਵਧਾਉਣੀ ਤਾਂ ਕਿਸੇ ਪਾਸੇ ਰਹੀ, ਕਈ ਵਾਰੀ ਨੌਕਰੀ ਨੂੰ ਵੀ ਖਤਰਾ ਬਣ ਜਾਂਦਾ। ਇਸ ਕਰਕੇ ਜਿਹੜਾ ਬੰਦਾ ਆਪਣੇ ਆਪ ਨੂੰ ਨਾ ਸਮਝਾਵੇ, ਗਲਤੀ ਕਰੀ ਜਾਵੇ, ਉਹਨੂੰ ਨੌਕਰੀ ਵਿੱਚੋਂ ਫਿਰ ਕੱਢ ਵੀ ਦਿੱਤਾ ਜਾਂਦਾ। ਇਹ ਆ ਝੂਠਾ ਨਕਸ਼ਾ, ਇਸੇ ਤਰ੍ਹਾਂ ਦਰਗਾਹ ਦਾ ਨਕਸ਼ਾ ਹੈ।
ਜੇ ਕਿਸੇ ਬੰਦੇ ਨੂੰ ਜੂਨ 84 ਦੇ ਗੇੜ ਵਿੱਚੋਂ ਨਿਕਲ ਕੇ ਮਿਲ ਗਈ ਆ ਤਾਂ ਉਹਨੂੰ ਹੁਕਮ ਆ, ਬੰਦੇ ਬੰਦਗੀ ਇਖਤਿਆਰ। ਇਖਤਿਆਰ ਹੁੰਦਾ ਜੀ ਗ੍ਰਹਿਣ ਕਰਨਾ, ਬੰਦੇ ਆ ਵਕਤ ਨੂੰ ਵਿਚਾਰ, ਕਰ ਬੰਦੇ ਤੂੰ ਬੰਦਗੀ ਜਿੱਚਰ ਘੱਟ ਮੈਂ ਸਾਹ, ਵਕਤ ਵਿਚਾਰੇ ਸੋ ਬੰਦਾ ਹੋਏ। ਭਾਈ ਤੈਨੂੰ ਜੂਨ ਮਿਲੀ ਹੋਈ ਆ, ਵਾਹਿਗੁਰੂ ਪਰਮੇਸ਼ਰ ਦੀ ਬੰਦਗੀ ਕਰਿਆ ਕਰ। ਕਈ ਵਕਤ ਵਿਚਾਰਦੇ ਹੀ ਨਹੀਂ ਹੈਗੇ, ਉਹਨਾਂ ਨੂੰ ਪਤਾ ਨਹੀਂ। ਜਿਨ ਕੋ ਅੰਦਰ ਗਿਆਨ ਨਹੀਂ ਭੈ ਕੀ ਨਾਹੀਂ ਬਿੰਦ, ਨਾਨਕ ਮੋਹਿਆ ਕਾ ਕਿਆ ਮਾਰਨਾ ਜੇ ਆਪ ਮਾਰੇ ਗੋਬਿੰਦ। ਤਾਂ ਬੰਦੇ ਨੂੰ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੀਦਾ ਬੰਦਗੀ ਨਾਲ। ਹਉਮੈ ਬੰਦੇ ਵਿੱਚ ਬਹੁਤ ਜ਼ਿਆਦਾ ਹੈ, ਦਾਤਾਂ ਸਾਰੀਆਂ ਰੱਬ ਦੀਆਂ ਲੈ ਕੇ, ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉਮੈ ਮੇਰੀ। ਬੰਦਾ ਹਉਮੈ ਵਿੱਚ ਪਿਆ ਹੋਇਆ ਜੀ, ਫੁੱਲਾਂ ਦਾ ਤੂੰ ਇਤਰ ਬਣਾ। ਬੰਦੇ ਵਾਸਤੇ ਇੱਕ ਸ਼ਾਇਰ ਨੇ ਬੜਾ ਸੋਹਣਾ ਲਿਖਿਆ, ਫੁੱਲਾਂ ਦਾ ਤੂੰ ਇਤਰ ਬਣਾ, ਇਤਰ ਦਾ ਤੂੰ ਕੱਢ ਦਰਿਆ, ਦਰਿਆ ਦੇ ਵਿੱਚ ਤਾਰੀਆਂ ਲਾ, ਪਰ ਫਿਰ ਵੀ ਤੇਰੀ ਬੋ ਨਹੀਂ ਮੁੱਕਣੀ, ਪਹਿਲਾਂ ਆਪਣੀ ਮੈਂ ਮੁਕਾ। ਬੰਦਿਆ ਜੇ ਤੂੰ ਇਤਰ ਦੇ ਵਿੱਚ ਵੀ ਇਸ਼ਨਾਨ ਕਰ ਲਵੇਂ ਤਾਂ ਤੇਰੀ ਬੋ ਇਹ ਜਿਹੜੀ ਹੈ ਨਾ, ਤੇਰੇ ਅੰਦਰੋਂ ਜੋ ਬਦਬੂ ਆਉਂਦੀ ਹੈ ਭਾਵ ਹਉਮੈ ਦੀ, ਇਹ ਨਹੀਂ ਜਾਣੀ। ਕਾਹੇ ਦੀਨੇ ਪਾਟ ਪਟੰਬਰ, ਕਾਹੂ ਪਲੰਘ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀਂ, ਕਾਹੂ ਖਾਣ ਪਰਾਰਾ। ਕਿਸੇ ਦੀ ਜ਼ਿੰਦਗੀ ਹੁਣ ਦੇਖਦੇ ਹਾਂ, ਸਾਰੀ ਜ਼ਿੰਦਗੀ ਆਪਾਂ ਕਹਿੰਦੇ ਮਜ਼ਦੂਰੀ ਕਰਦੇ ਦੀ ਲੰਘ ਜਾਂਦੀ ਹੈ। ਮਜ਼ਦੂਰੀ ਕਰਦਾ ਉਹ ਬੰਦਾ, ਸਾਰੀ ਜ਼ਿੰਦਗੀ ਮਜ਼ਦੂਰੀ ਹੀ ਕਰੀ ਜਾਂਦਾ, ਗਰੀਬੀ 'ਚ ਜੰਮਦਾ, ਗਰੀਬੀ 'ਚ ਮਰ ਜਾਂਦਾ। ਕਈ ਇਹੋ ਜਿਹੇ ਘਰੇ ਜਨਮ ਲੈਂਦੇ ਆ ਜਿੱਥੇ ਸੋਨੇ ਦੇ ਚਮਚੇ ਨਾਲ ਉਹਨੂੰ ਭੋਜਨ ਪਰੋਸਿਆ ਜਾਂਦਾ, ਜਿੱਥੇ ਨੌਕਰ ਚਾਕਰ ਹੱਥ ਬੰਨੀ ਖੜ੍ਹੇ ਹੁੰਦੇ ਆ ਵੀ ਦੱਸੋ ਜੀ ਕੀ ਕੰਮ ਆ। ਤਾਂ ਕਹਿਣਾ ਪਵੇਗਾ, ਇੱਕ ਦਾਤੇ ਇੱਕ ਭਿਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਇਹ ਤਾਂ ਵਾਹਿਗੁਰੂ ਪਰਮੇਸ਼ਰ ਨੇ ਫਿਰ, ਇੱਕ ਰਾਜੇ ਤਖਤ ਬਹੇ ਨਿਤ ਸੁਖੀਏ, ਇੱਕ ਨਾ ਭਿੱਖ ਮੰਗਾਇਆ ਜੀਓ, ਇੱਕ ਨਾਂਗੇ ਭੁੱਖੇ ਭਵੇ ਭਵਾਏ। ਇਹ ਤਾਂ ਜਿੰਨੀ ਵੀ ਦੁਨੀਆ ਸਾਰੇ ਵਾਹਿਗੁਰੂ ਪਰਮੇਸ਼ਰ ਦੇ ਚੋਜ ਆ। ਫਿਰ ਜਿਸਮਾਨੀ ਦਸ਼ਾ ਵੀ ਦੇਖ ਲਓ ਸਾਧ ਸੰਗਤ ਜੀ, ਕੋਈ ਕਾਣਾ ਵਾ, ਕੋਈ ਅੰਨਾ ਵਾ, ਕੋਈ ਲੰਗੜਾ ਵਾ, ਕੋਈ ਕਿਹੋ ਜਿਹਾ, ਜਿਹਦੇ ਕੋਈ ਕੋਈ ਆ ਜਿਹਦੇ ਸਾਰੇ ਅੰਗ ਪੂਰੇ ਆ। ਇਸ ਤਰ੍ਹਾਂ ਭਾਵ ਕਿ ਡਾਕਟਰੀ ਤੌਰ 'ਤੇ ਦੇਖ ਲਓ, ਕੋਈ ਵੀ ਬਿਮਾਰੀ ਵਿੱਚ ਨਹੀਂ ਫਸਦਾ, ਕੋਈ ਸਾਰੀ ਉਮਰ ਕਈ ਵਾਰੀ ਬਿਮਾਰੀ ਵਿੱਚ ਚੀਕ ਚੀਕ ਕੇ ਜਾਨ ਦੇ ਦਿੰਦੇ ਆ। ਕਿਸੇ ਨੂੰ ਲਾ ਇਲਾਜ ਬਿਮਾਰੀਆਂ ਚਮੜੀਆਂ ਦੀਆਂ ਲੱਗੀਆਂ ਹੋਈਆਂ ਨੇ, ਕਿਸੇ ਨੂੰ ਕੈਂਸਰ ਆ, ਕਿਸੇ ਨੂੰ ਦਿਲ ਦਾ ਰੋਗ ਆ, ਕਿਸੇ ਨੂੰ ਬਲੱਡ ਪ੍ਰੈਸ਼ਰ ਆ। ਫਿਰ ਮਾਨਸਿਕ ਰੋਗਾਂ ਦੀ ਆਪਾਂ ਗੱਲ ਕਰੀਏ, ਕੋਈ ਸਦਾ ਹੀ ਖੁਸ਼ ਖੁਸ਼ ਰਹਿੰਦੇ ਆ, ਕੋਈ ਚਿੰਤਾ ਦੇ ਜਾਲ ਵਿੱਚ ਫਸੇ ਪਏ ਆ, ਕੋਈ ਭਗਤੀ ਕਰਦੇ ਆ, ਕੋਈ ਹਲਕੇ ਕੁੱਤੇ ਵਾਂਗ ਨਿੰਦਿਆ ਕਰਨ 'ਤੇ ਲੱਗੇ ਹੋਏ ਆ, ਕੋਈ ਮਨਮੁੱਖ ਆ ਜੀ ਇੱਥੇ, ਕੋਈ ਗੁਰਮੁੱਖ ਆ, ਕੋਈ ਪੁੰਨੀ ਆ, ਕੋਈ ਪਾਪੀ ਆ। ਇਹ ਵਾਹਿਗੁਰੂ ਪਰਮੇਸ਼ਰ ਦੀ ਖੇਡ ਰਚੀ ਹੋਈ ਆ ਵੀ ਜੇ ਤਾਂ ਬੰਦਿਆਂ ਵਾਲੇ ਕੰਮ ਕੀਤੇ ਤਾਂ ਤਰੱਕੀ ਮਿਲ ਜਾਂਦੀ ਆ। ਬੰਦਾ ਅਗਲੇ ਜਨਮ ਵਿੱਚ ਫਿਰ ਜਿਸਮਾਨੀ ਤੌਰ 'ਤੇ, ਆਰਥਿਕ ਤੌਰ 'ਤੇ, ਡਾਕਟਰੀ ਤੌਰ 'ਤੇ, ਮਾਨਸਿਕ ਤੌਰ 'ਤੇ ਸੁਖੀ ਜੀਵਨ ਬਤੀਤ ਕਰਦਾ। ਜੇ ਬੰਦਿਆਂ ਵਾਲੇ ਕੰਮ ਨਹੀਂ ਕਰਦਾ ਤਾਂ ਫਿਰ ਉਹ ਬੈਸਟਾ ਦਾ ਕੀੜਾ ਹੀ ਬਣਨਾ ਨਾ। ਜੋ ਜੋ ਸੰਤ ਸਰਾਪਿਆ ਸੇ ਫਿਰੇ ਭਵੰਦੇ, ਪੇੜ ਮੁੱਢਾਂ ਹੂੰ ਕੱਟਿਆ ਤਿਸ ਡਾਲ ਸੁਕੰਦੇ। ਹੁਣ ਕਈ ਕਹਿ ਦਿੰਦੇ ਆ, ਅਸੀਂ ਨਹੀਂ ਜੀ ਨਰਕਾਂ ਸਵਰਗਾਂ ਨੂੰ ਮੰਨਦੇ। ਠੀਕ ਆ ਭਾਈ, ਜਦੋਂ ਉਹਨਾਂ ਨੂੰ ਦੱਸਦੇ ਹੀ ਨਹੀਂ ਤਾਂ ਮੰਨਣ ਕਿਉਂ? ਪਰੰਤੂ ਪਰਮੇਸ਼ਰ ਨੇ ਨਰਕ ਸਵਰਗ ਧਰਤੀ 'ਤੇ ਹੀ ਬਣਾ ਕੇ ਫਿਰ ਉਹਨਾਂ ਦੇ ਸਾਹਮਣੇ ਰੱਖੇ ਹੋਏ ਆ, ਉਹ ਕਿਵੇਂ ਇਨਕਾਰ ਕਰ ਸਕਦੇ ਆ? ਚਲੋ ਆਪਾਂ ਮੰਨ ਲਈਏ, ਉਹਨਾਂ ਨਜ਼ਰ ਨਹੀਂ ਆਉਂਦੇ ਉਹਨਾਂ ਨੂੰ, ਜਿਨ੍ਹਾਂ ਨੂੰ ਤਾਂ ਬਾਣੀ 'ਤੇ ਵਿਸ਼ਵਾਸ ਆ, ਉਹ ਤਾਂ ਦਰਗਾਹ ਨੂੰ ਵੀ ਮੰਨਦੇ ਆ।
ਨਰਕ ਸਵਰਗ ਇਹਨਾਂ ਚੀਜ਼ਾਂ ਨੂੰ ਹੋਂਦ ਨੂੰ ਮੰਨਦੇ ਆ ਵੀ ਹੈਗੀਆਂ ਨੇ, ਇੱਥੇ ਵੀ ਆ, ਦਰਗਾਹ 'ਚ ਵੀ ਆ। ਬਾਣੀ ਨੇ ਦੋਨਾਂ ਦੀ ਹੀ ਗੱਲ ਕੀਤੀ ਆ। ਬੀਜ ਬੀਜ ਕੇ ਇੱਥੇ ਵੀ ਭੋਗਣੇ ਪੈਂਦੇ ਆ, ਜਿਹੜੇ ਇੱਥੇ ਨਾ ਭੋਗੇ ਉਮਰ ਪੂਰੀ ਹੋ ਗਈ ਉਹ ਦਰਗਾਹ ਦੇ ਵਿੱਚ ਵੀ ਲੇਖਾ ਹੁੰਦਾ ਵਾ। ਪਰ ਇਸ ਤਰ੍ਹਾਂ ਭਾਈ ਗੁਰੂ ਮਹਾਰਾਜ ਨੇ ਜੋ ਸਾਨੂੰ ਦੱਸਿਆ ਉਹਦੇ 'ਤੇ ਕਿ ਯਕੀਨ ਨਹੀਂ ਕਰਦੇ। ਹੁਣ ਕਈ ਵਾਰੀ ਆਪਾਂ ਵੇਖਦੇ ਹਾਂ ਹਸਪਤਾਲ ਵਿੱਚ ਰੋਗੀਆਂ ਦੀ ਹਾਲਤ ਦੇਖ ਕੇ ਮੱਲੋ ਮੱਲੀ ਬੰਦਾ ਕਹਿ ਦਿੰਦਾ ਨਰਕ ਸਵਰਗ ਇੱਥੇ ਹੀ ਆ। ਹੋ ਸਕਦਾ ਤੁਸੀਂ ਵੀ ਭਾਈ ਕਿਹਾ ਹੋਵੇ। ਇਹ ਤਾਂ ਹੈ ਇੱਕ ਤਰ੍ਹਾਂ ਦਾ ਆਪਾਂ ਕਹਿੰਦੇ ਹਾਂ ਵੀ ਨਕਸ਼ਾ ਜਿਹੜਾ ਅਸੀਂ ਦੇਖ ਲਿਆ। ਇੱਕ ਦਰਗਾਹ ਦੇ ਵਿੱਚ ਵੀ ਨਕਸ਼ਾ ਹੈ। ਗੁਰਮੁਖ ਪਿਆਰਿਓ, ਸਿਖਰਲੀ ਪੌੜੀ ਤੋਂ ਬੰਦਾ ਹੌਲੀ ਹੌਲੀ ਹੇਠਲੀ ਪੌੜੀ 'ਤੇ ਵੀ ਆ ਜਾਂਦਾ ਹੈ, ਹੇਠਲੀ ਪੌੜੀ ਤੋਂ ਹੌਲੀ ਹੌਲੀ ਸਿਖਰਲੀ ਪੌੜੀ 'ਤੇ ਵੀ ਚਲਿਆ ਜਾਂਦਾ ਹੈ, ਅਤੇ ਜੇ ਹੇਠਲੀ ਪੌੜੀ 'ਤੇ ਆ ਕੇ ਵੀ ਨਾ ਸਮਝੇ ਅਤੇ ਪਛਤਾਤਾਪ ਨਾ ਕਰੇ ਫਿਰ ਮਨੁੱਖਾ ਜਨਮ ਖੁੱਸ ਜਾਂਦਾ, 84 ਦੇ ਗੇੜੇ ਵਿੱਚ ਡਿੱਗਦਾ, ਫਿਰ 84 ਲੱਖ ਜੂਨਾਂ ਕੱਟ ਕੇ ਬੰਦੇ ਦੀ ਜੂਨ ਮਿਲਦੀ ਹੈ, ਫਿਰ ਉਹੀ ਚੱਕਰ ਆ। 84 ਲੱਖ ਭਰਮ ਤਿਆਂ ਦੁਰਲੱਭ ਜਨਮ ਪਾਇਓ ਏ, ਨਾਨਕ ਨਾਮ ਸੰਭਾਲ ਤੂੰ 100 ਦਿਨ ਨੇੜਾ ਆਇਓ ਏ। ਜਿਵੇਂ ਦੁਨੀਆਂ ਦੀਆਂ ਝੂਠੀਆਂ ਨੌਕਰੀਆਂ ਵਿੱਚ ਪ੍ਰਮੋਸ਼ਨ ਹੁੰਦੀ ਆ, ਡੀਮੋਸ਼ਨ ਵੀ ਹੁੰਦੀ ਆ ਜੀ, ਤਰੱਕੀ ਵੀ ਹੁੰਦੀ ਆ, ਗਿਰਾਵਟ ਵੀ ਹੁੰਦੀ ਆ, ਇਸੇ ਤਰ੍ਹਾਂ ਜੀ ਪਰਮਾਰਥ ਦੇ ਵਿੱਚ ਆ। ਗੁਰੂ ਮਹਾਰਾਜ ਸਾਨੂੰ ਇਹੀ ਸਮੱਤ ਦਿੰਦੇ ਆ, ਅੰਤਕਾਲ ਵਿੱਚ ਜਿਹੋ ਜਿਹਾ ਫੁਰਨਾ ਬਣ ਗਿਆ ਉਹੋ ਜਿਹਾ ਜਨਮ ਧਾਰਨ ਕਰਨਾ ਪੈਂਦਾ ਹੈ। ਤਾਂ ਸਾਧ ਸੰਗਤ ਜੀ, ਤਾਂ ਕੁਝ ਲੋਕ ਆ ਜਿਹੜੇ ਯਕੀਨ ਨਹੀਂ ਕਰਦੇ, ਸੋ ਸਾਨੂੰ ਸਾਧ ਸੰਗਤ ਕਰਨੀ ਚਾਹੀਦੀ ਆ ਅਤੇ ਆਪਣਾ ਜਿਹੜਾ ਮਨ ਆ ਜਪ ਤਪ ਵੱਲ ਲਾਉਣਾ ਚਾਹੀਦਾ। ਬਾਣੀ ਵਿੱਚ ਦਰਜ ਆ ਨਾ, ਹਰ ਕਾ ਸਿਮਰਨ ਛਾੜ ਕੇ, ਭਗਤ ਜੀ ਦਾ ਬਚਨ ਆ ਕਬੀਰ, ਜਿਹੜੇ ਹਰੀ ਦਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਏ, ਰਾਤਾਂ ਨੂੰ ਜਾਗਦੇ ਆ ਚੋਰੀ ਵਾਸਤੇ, ਯਾਰੀ ਵਾਸਤੇ, ਠੱਗੀ ਵਾਸਤੇ, ਉਹ ਸੱਪਣੀ ਦੀ ਜੂਣ ਵਿੱਚ ਪੈਂਦੇ ਆ। ਸਰਪਣ ਹੋਏ ਕਿ ਔਤਰੈ ਜਾਏ ਆਪਣੇ ਖਾਏ। ਹੁਣ ਸੱਪਣੀ ਜੂਣ ਇਹੋ ਜਿਹੀ ਆ, ਸੱਪਣੀ ਦੀ ਜਦੋਂ ਇਹ ਬੱਚੇ ਦਿੰਦੀ ਆ ਨਾ, ਤਾਂ ਜਿਹੜੇ ਇਹਦੀ ਨਿਗਾਹ 'ਤੇ ਆ ਜਾਂਦੇ ਸਾਰਿਆਂ ਨੂੰ ਖਾ ਜਾਂਦੀ ਹੈ, ਉਹੀ ਬਚਦੇ ਆ ਜਿਹੜੇ ਇਹਦੀ ਨਿਗਾਹ ਤੋਂ ਪਾਸੇ ਹੋ ਜਾਂਦੇ ਆ। ਤਾਂ ਗੁਰੂ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਉੱਥੇ ਲਿਹਾਜ਼ ਨਹੀਂ ਕਰਦੇ, ਭਾਵੇਂ ਉਹ ਲੱਖਾਂ ਪਤੀ ਆ ਕੋਈ, ਭਾਵੇਂ ਗਰੀਬ ਆ, ਭਾਵੇਂ ਕੋਈ ਵੱਡਾ ਲੀਡਰ ਆ, ਗਿਆਨੀ ਆ, ਭਾਵੇਂ ਜਥੇਦਾਰ ਆ, ਭਾਵੇਂ ਕੋਈ ਵੀ ਆ, ਕੋਈ ਵਿਤਕਰਾ ਨਹੀਂ। ਤਾਂ ਜਿਹੜਾ ਹਰੀ ਦਾ ਸਿਮਰਨ ਛੱਡ ਕੇ ਪਰਾਈ ਇਸਤਰੀ ਇਹਨਾਂ ਦੇ ਚੱਕਰਾਂ ਵਿੱਚ ਪੈਂਦਾ, ਜਾਂ ਪਰਾਏ ਮਰਦ ਦੇ ਚੱਕਰਾਂ ਵਿੱਚ ਔਰਤ ਪੈਂਦੀ ਆ, ਉਹਨਾਂ ਨੂੰ ਗਧੀ ਦੀ ਜੂਣ ਮਿਲਦੀ ਆ। ਕਬੀਰ ਹਰ ਕਾ ਸਿਮਰਨ ਛਾੜ ਕੇ ਉਹ ਹੋਈ ਰਾਖੈ ਨਾਰ, ਗਧੀ ਹੋਏ ਕੈ ਔਤਰੈ ਭਾਰ ਸਹਿ ਮਨ ਚਾਰ, ਜਿਹਨੂੰ ਚਾਰ ਮਨ ਭਾਰ ਚੱਕਣਾ ਪੈਂਦਾ। ਇਸ ਤਰ੍ਹਾਂ ਭਗਤ ਜੀ ਦੇ ਬਹੁਤ ਸਾਰੇ ਸ਼ਬਦ ਆ ਜੀ, ਵੀ ਜਿਹੜਾ ਬੰਦਾ ਅੰਤ ਸਮੇਂ ਲਕਸ਼ਮੀ ਨੂੰ ਚੇਤੇ ਕਰਦਾ, ਮਾਇਆ ਮਾਇਆ ਕਰਦਾ, ਉਹ ਸੱਪ ਬਣਦਾ। ਜਿਹੜਾ ਅੰਤ ਵੇਲੇ ਆਪਦੀ ਘਰਵਾਲੀ ਨੂੰ ਯਾਦ ਕਰਦਾ, ਉਹ ਬੇਸ਼ਵਾ ਕੰਜਰੀ ਬਣ ਜਾਂਦਾ ਹੈ ਜੀ। ਅੰਤ ਸਮੇਂ ਜਿਹੜਾ ਆਪਣੇ ਲੜਕਿਆਂ ਨੂੰ, ਪੁੱਤਰਾਂ ਨੂੰ ਯਾਦ ਕਰਦਾ, ਉਹ ਸੂਰ ਦੀ ਜੂਨੀ ਵਿੱਚ ਪੈਂਦਾ। ਇਵੇਂ ਬਹੁਤ ਪੰਕਤੀਆਂ ਨੇ, ਅੰਤਕਾਲ ਜੋ ਮੰਦਰ ਸਿਮਰੈ, ਐਸੀ ਚਿੰਤਾ ਮਹਿ ਜੇ ਮਰੈ, ਪ੍ਰੇਤ ਜੂਨ ਵੱਲ ਵਲੇ ਉਤਰੈ। ਜਿਹੜਾ ਘਰ ਨੂੰ ਯਾਦ ਕਰਦਾ ਪ੍ਰੇਤ ਦੀ ਜੂਨ 'ਚ ਪੈਂਦਾ, ਜਿਹੜਾ ਅੰਤ ਸਮੇਂ ਰੱਬ ਨੂੰ ਯਾਦ ਕਰਦਾ ਉਹ ਮੁਕਤ ਹੋ ਜਾਂਦਾ। ਸੋ ਭਾਈ, ਅੰਤ ਵੇਲੇ ਤੱਕ ਆਪਣੀ ਜ਼ਿੰਦਗੀ ਤੋਂ ਲੈ ਕੇ ਅੰਤ ਸਮੇਂ ਤੱਕ ਰੱਬ ਦਾ ਨਾਮ ਚੇਤੇ ਕਰਨਾ ਚਾਹੀਦਾ। ਪਰ ਚਲੋ, ਜੇ ਤੁਸੀਂ ਹਜੇ ਵੀ ਭੁੱਲੇ ਫਿਰਦੇ ਹੋ, ਗਲਤੀਆਂ ਹੋ ਗਈਆਂ, ਕੋਈ ਗੱਲ ਨਹੀਂ, ਗੁਰੂ ਮਹਾਰਾਜ ਕਹਿੰਦੇ ਅੱਜ ਤੋਂ ਸ਼ੁਰੂ ਕਰ ਲਓ। ਇਸ ਕਰਕੇ ਇਹ ਚੀਜ਼ਾਂ ਸਾਰੀਆਂ ਸਾਨੂੰ ਜਗਿਆਸੂਆਂ ਤੋਂ, ਸਾਧੂਆਂ ਤੋਂ, ਸੰਤਾਂ ਤੋਂ ਸਮਝ ਆਉਂਦੀਆਂ ਨੇ।
ਮੌਤ ਤਾਂ ਕਈ ਤਰ੍ਹਾਂ ਦੀ ਹੁੰਦੀ ਆ, ਜ਼ਮੀਰ ਦਾ ਮਰ ਜਾਣਾ ਵੀ ਮੌਤ ਆ। ਇਸ ਤਰ੍ਹਾਂ ਆਪਾਂ ਕਹਿੰਦੇ ਉਹਦੀ ਜ਼ਮੀਰ ਮਰੀ ਹੋਈ ਆ, ਆਪਾਂ ਇਸ ਤਰ੍ਹਾਂ ਕਹਿ ਦਿੰਦੇ ਹਾਂ। ਉਹ ਬੰਦੇ ਦਾ ਦੁਨੀਆ ਵਿੱਚ ਨਾਂ ਸੀਗਾ ਅਤੇ ਹੁਣ ਤਾਰੇ ਵਾਂਗ ਕਦੇ ਚਮਕਦਾ ਸੀ ਸੂਰਜ ਵਾਂਗ, ਪਰ ਅੱਜ ਉਹਦਾ ਕੋਈ ਨਾਂ ਨਹੀਂ ਲੈਂਦਾ। ਰਾਜਨੀਤੀ ਵਿੱਚ ਇੱਦਾਂ ਹੋ ਜਾਂਦਾ, ਤਾਂ ਇਹ ਰਾਜਨੀਤਿਕ ਮੌਤ ਆ। ਤਾਂ ਇੱਦਾਂ ਕਈ ਤਰ੍ਹਾਂ ਦੀ ਮੌਤ ਹੁੰਦੀ ਆ, 99 ਕਿਸਮ ਦੀ ਮੌਤ ਨੂੰ ਅਨਿਆਈ ਮੌਤ ਕਹਿ ਦਿੰਦੇ ਆ। ਅਤੇ ਗੁਰੂ ਸਾਹਿਬ ਜੀ ਦੇ ਜੇ ਲੜ ਲੱਗ ਜਾਈਏ ਤਾਂ ਅਸੀਂ ਉਹ ਮੌਤਾਂ ਤੋਂ ਬਚ ਸਕਦੇ ਹਾਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਹੁਤ ਕਿਰਪਾ ਕੀਤੀ ਆ, ਸਾਨੂੰ ਬਾਣੀ ਅਨਮੋਲ ਖਜ਼ਾਨਾ ਬਖਸ਼ਿਆ। ਸਭ ਕੁਝ ਹੋ ਸਕਦਾ ਜੇ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਮੰਨ ਲਈਏ। ਹੁਣ ਅਖੀਰਲਾ ਸਵਾਲ ਜਿਹੜਾ ਉੱਠਦਾ ਇਹ ਵੀ ਮੌਤ ਤੋਂ ਬਾਅਦ ਬੰਦਾ ਅਗਲੀ ਸੀਟ 'ਤੇ ਜਾਂਦੇ ਸਾਰ ਹੀ ਚਲਾ ਜਾਂਦਾ ਕਿ ਦੇਰ ਲੱਗਦੀ ਆ? ਥੋੜ੍ਹਾ ਮਹਾਂਪੁਰਖ ਦੱਸਦੇ ਆ ਵਿਧੀ ਨੂੰ ਵੀ ਹੁੰਦਾ ਕੀ ਆ। ਜਿਵੇਂ ਆਪਾਂ ਸਮਝਦੇ ਹਾਂ ਕਈ ਵਾਰੀ ਕਿਸੇ ਅਫਸਰ ਦੀ ਬਦਲੀ ਦੂਜੇ ਥਾਂ 'ਤੇ ਹੋ ਜਾਂਦੀ ਆ, ਉਹ ਜਾਂਦੇ ਸਾਰ ਹੀ ਚਾਰਜ ਲੈ ਲੈਂਦਾ। ਕਈ ਵਿਚਾਰੇ ਚਾਰਜ ਲੈਣ ਜਾਂਦੇ ਆ, ਚਾਰਜ ਮਿਲਦਾ ਨਹੀਂ, ਦੂਜੇ ਬੰਦੇ ਦੀ ਕੋਈ ਪਹੁੰਚ ਹੁੰਦੀ ਆ ਜਾਂ ਹੋਰ ਕਾਰਨ ਬਣ ਜਾਂਦਾ, ਚਾਰਜ ਰੁਕ ਕੇ ਮਿਲਦਾ। ਇਸੇ ਤਰ੍ਹਾਂ ਜੀ ਪਰਮਾਰਥ ਵਿੱਚ ਆ, ਜੇ ਬੰਦਾ ਹੋਵੇ ਪੂਰੇ ਪੁੰਨਾਂ ਵਾਲਾ, ਉਹਦੀ ਮੌਤ ਹੁੰਦੇ ਸਾਰ ਅਗਲੀ ਸੀਟ ਖਾਲੀ ਹੋ ਜਾਂਦੀ ਹੈ, ਉਹ ਚਾਰਜ ਲੈ ਲੈਂਦਾ। ਪਰ ਜੇ ਜਪ ਤਪ ਨਹੀਂ ਕੀਤਾ, ਕਈ ਵਾਰੀ ਉਡੀਕ ਕਰਨੀ ਪੈਂਦੀ ਆ, ਫੇਰ ਕਿਤੇ ਜਾ ਕੇ ਸੀਟ ਮਿਲਦੀ ਆ। ਦੁਨਿਆਵੀ ਉਦਾਹਰਨ ਮੈਂ ਤਾਂ ਦਿੱਤੀ ਆ, ਅਸੀਂ ਦੁਨਿਆਵੀ ਹਾਂ, ਸਮਝਦੇ ਇਹਨਾਂ ਕਰਕੇ ਹਾਂ। ਅਸਲ ਵਿੱਚ ਮੌਤ ਤੋਂ ਬਾਅਦ ਹਰੇਕ ਬੰਦੇ ਦੀ ਰੂਹ 10 ਦਿਨ ਲਈ ਉਹਦੇ ਘਰ ਨਿਵਾਸ ਰੱਖਦੀ ਆ ਜੀ। ਇਸੇ ਕਰਕੇ ਨਾ ਸ੍ਰੀ ਸਹਿਜ ਪਾਠ ਦਾ ਭੋਗ 10ਵੇਂ ਦਿਨ ਪਾਇਆ ਜਾਂਦਾ। ਇਹ ਗੁਰੂ ਸਾਹਿਬ ਜੀ ਨੇ ਜਿਹੜੀ ਜਾਂ ਰਹਿਤ ਮਰਿਆਦਾ ਬਣੀ ਆ ਵੀ 10ਵੇਂ ਦਿਨ ਭੋਗ ਪਾਇਆ ਜਾਏ, ਇਸ ਤਰ੍ਹਾਂ ਹੀ ਬਣੀ ਆ, ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆ। 10 ਦਿਨ ਪੂਰਾ ਜਪ ਤਪ ਕਰਨਾ ਲਾਜ਼ਮੀ ਆ ਵੀ ਉਹ ਰੂਹ ਨੂੰ ਸ਼ਾਂਤੀ ਮਿਲੇ। 10 ਦਿਨ ਉਹ ਘਰ ਹੀ ਹੁੰਦੀ ਆ, ਰੂਹ ਆਪਾਂ ਨੂੰ ਨਜ਼ਰ ਨਹੀਂ ਆਉਂਦੀ, ਕਈਆਂ ਨੂੰ ਆ ਵੀ ਜਾਂਦੀ ਆ, ਕਈ ਕਹਿ ਦਿੰਦੇ ਸਾਨੂੰ ਨਜ਼ਰ ਆਏ ਆ, ਉਹ ਝੂਠ ਨਹੀਂ ਬੋਲਦੇ ਹੁੰਦੇ, ਹਾਂ ਵਿੱਚ ਗੱਪੀ ਵੀ ਹੁੰਦੇ ਆ, ਪਖੰਡੀ ਵੀ ਹੁੰਦੇ ਆ, ਪਰ ਸਾਰੇ ਨਹੀਂ। ਇਸ ਕਰਕੇ ਅਗਲਾ ਜਨਮ ਜਿਹੜਾ ਹੁੰਦਾ ਬੰਦੇ ਦੇ ਕਰਮਾਂ ਦੇ ਹਿਸਾਬ ਨਾਲ ਉਹਨੂੰ ਚਮੜੀ ਦਾ ਚੋਲਾ ਮਿਲਦਾ, ਕਰਮੀ ਆਵੇ ਕੱਪੜਾ। ਇਹ ਕਰਮਾਂ ਦਾ ਜਿਹੜਾ ਗੇੜ ਆ ਨਾ, ਇਹ ਖਤਮ ਨਹੀਂ ਹੁੰਦਾ ਬੰਦਗੀ ਤੋਂ ਬਿਨਾਂ। ਅਤੇ ਕਈ ਵਾਰੀ ਆਪਾਂ ਵੇਖਦੇ ਹਾਂ ਲੋਕ ਲੜਦੇ ਆ, ਇੱਕ ਦੂਜੇ ਦਾ ਕਤਲ ਕਰ ਦਿੰਦੇ ਆ। ਮਹਾਂਪੁਰਖਾਂ ਦਾ ਇੱਕ ਬਚਨ ਆ, ਇੱਕ ਇਨਸਾਨ ਨੂੰ ਮਾਰ ਦੇਣਾ ਏਡਾ ਵੱਡਾ ਪਾਪ ਆ, ਇਹੋ ਜਿਹੇ ਕਾਤਲ ਨੂੰ 7 ਜਨਮ ਕੋੜੀ ਬਣਨਾ ਪੈਂਦਾ। ਕੋੜੀ ਵੀ ਇਹੋ ਜਿਹਾ, ਇੱਕ ਛਾਲਾ ਫਿੱਸ ਜਾਂਦਾ ਅਤੇ ਦੂਜਾ ਭਰ ਜਾਂਦਾ। ਸੋ ਗੁਰਮੁਖ ਪਿਆਰਿਓ, ਨਰਕ ਸਵਰਗ ਭਾਵੇਂ ਇੱਥੇ ਹੀ ਆਪਾਂ ਕਹਿੰਦੇ ਹਾਂ ਬੰਦਾ ਦੇਖ ਲੈਂਦਾ ਹੈ, ਜ਼ਿੰਦਗੀ ਕਈਆਂ ਦੀ ਜਿਉਂਦੇ ਜੀ ਨਰਕ ਬਣੀ ਪਈ ਆ, ਪਰ ਜਦੋਂ ਆਪਾਂ ਭਗਤਾਂ ਦੀ ਗੱਲ ਕਰੀਏ ਉਹਨਾਂ ਨੂੰ ਕਾਹਦਾ ਡਰ, ਚਾਹੇ ਅੱਗੇ ਨਰਕ ਆ ਚਾਹੇ ਸਵਰਗ ਆ, ਉਹਨਾਂ ਲਈ ਤਾਂ ਇੱਥੇ ਉਹ ਨਾਮ ਦੇ ਵਿੱਚ ਰੰਗੇ ਹੋਏ ਆ, ਇੱਥੇ ਹੀ ਸਵਰਗ ਆ ਉਹਨਾਂ ਲਈ, ਤਾਂ ਇੱਥੇ ਹੀ ਉਹ ਖੇੜੇ ਵਿੱਚ ਆ, ਆਨੰਦ ਵਿੱਚ ਆ। ਤਾਂ ਅੱਗੇ ਕੀ ਆ, ਨਰਕ ਜਾਂ ਸਵਰਗ, ਇਹਦੀ ਫਿਕਰ ਕਰਨ ਦੀ ਥਾਂ ਜੇ ਆਪਾਂ ਰੱਬ ਨੂੰ ਚੇਤੇ ਕਰ ਲਈਏ, ਮੇਰੇ ਮੁਤਾਬਕ ਇਹ ਬਿਹਤਰ ਹੋਵੇਗਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਉਹ ਰਾਜੇ ਦਾ ਹੰਕਾਰ ਤੋੜਿਆ ਅਤੇ ਉਹਦੇ ਸਵਾਲਾਂ ਦੇ ਜਵਾਬ ਦਿੱਤੇ। ਗੁਰੂ ਨਾਨਕ ਸਾਹਿਬ ਜੀ ਦੇ ਵੀ ਬਚਨ ਤੁਸੀਂ ਚੇਤੇ ਕਰ ਲਿਆ, ਮੌਤ ਕਿੰਨੀ ਨੇੜੇ ਆ, ਰੱਬ ਵੱਲੋਂ ਮਿਲੇ ਦਿਨ ਛਾਲਾਂ ਮਾਰਦੇ ਲੰਘ ਜਾਂਦੇ ਆ, ਜ਼ਿੰਦਗੀ ਬੜੀ ਛੋਟੀ ਆ ਜੀ, ਇਹਨੂੰ ਵਧੀਆ ਸੁਚੱਜੇ ਢੰਗ ਨਾਲ ਜਿਉਵੋਂ, ਗੁਣਾਂ ਦੇ ਧਾਰਨੀ ਹੋਵੋ ਜੀ, ਚੰਗੇ ਬੰਦਿਆਂ ਦੀ ਸੋਭਤ ਵਿੱਚ ਰਹੋ, ਕੰਨਾਂ ਦੇ ਨਾਲ ਚੰਗਾ ਹੀ ਸੁਣਿਆ ਕਰੋ, ਅੱਖਾਂ ਦੇ ਨਾਲ ਬਾਣੀ ਦੇ ਦਰਸ਼ਨ ਕਰਿਆ ਕਰੋ। ਬਾਣੀ ਜਿਹੜੀ ਆ ਬੋਲ ਕੇ ਉੱਚੀ, ਉਹਨੂੰ ਕੰਨਾਂ ਦੇ ਨਾਲ ਸੁਣਿਆ ਕਰੋ ਜੀ।
ਇਸ ਤਰ੍ਹਾਂ ਵੀ ਮਨ ਟਿਕ ਜਾਂਦਾ। ਇਹ ਵੀ ਇੱਕ ਵਿਧੀ ਆ। ਗੁਰੂ ਮਹਾਰਾਜ ਰਹਿਮਤ ਕਰਨ, ਆਪ ਜੀ ਦਾ ਧੰਨਵਾਦ, ਜਿਨ੍ਹਾਂ ਨੇ ਬੜੇ ਪ੍ਰੇਮ ਸਨੇਹ ਦੇ ਨਾਲ ਇਹ ਕਥਾ ਸਰਵਣ ਕੀਤੀ ਆ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਦੱਸੀ ਮਰਿਆਦਾ ਦੇ ਅਨੁਸਾਰ ਸਾਨੂੰ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ, ਕਿਰਤ ਕਰਨੀ ਚਾਹੀਦੀ, ਨਾਮ ਜਪਣਾ ਚਾਹੀਦਾ, ਵੰਡ ਕੇ ਛਕਣਾ ਚਾਹੀਦਾ। ਗੁਰੂ ਸਾਹਿਬ ਰਹਿਮਤ ਕਰਨ, ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।